तेरा जन्म अमोल बंदिया के बार बार नहीं हो लबना जन्मे अमोल कहीरा ये जन्मे अमोल कहीरा के बार बार नहीं हो लबना बंदिया के बार बार नहीं हो लबना सिमरन करना जरूरी है। मालक का नाम जपो, अपन नाम जपन वास्ते संत ने भेजे, मालक ने भेजे,
ਲੱਖ 84 ਜੂਨ ਸਵਾਈ ਮਾਨਸ ਨੂੰ ਪਰਬ ਦੀ ਵਡਿਆਈ। ਇਹ ਬੰਦੇ ਨੂੰ ਵਡਿਆਈ ਦਿੱਤੀ ਗਈ ਹੈ ਭਾਈ, ਜੇ ਲੱਖ 84 ਜੂਨੀ ਪੂਜ ਕੇ ਬੰਦੇ ਨੂੰ ਜੂਨੀ ਮਿਲਦੀ ਹੈ, ਬੜਾ ਔਖਾ ਕੰਮ ਹੈ। ਗੁਰਬਾਣੀ ਦੇ ਵਿੱਚ ਬੜਾ ਕੁਛ ਲਿਖਿਆ, ਸਵੇਰੇ ਸਵੇਰੇ ਧਿਆਨ ਕਰਕੇ ਸੁਣਿਆ ਕਰੋ ਕੀ ਕੁਛ ਕਹਿੰਦੀ ਹੈ ਬਾਣੀ, ਉੱਥੇ ਤੱਕ ਸਾਡਾ ਖਿਆਲ ਹੀ ਨਹੀਂ ਆਉਂਦਾ। ਭਜਨ ਸਿਮਰ ਕਰਕੇ ਭਾਈ ਲੰਗਰ ਪਕਾਇਆ ਕਰੋ, ਮਾਰਗ ਦਾ ਨਾਮ ਜਪ ਕੇ ਲੰਗਰ ਪਕਾਇਆ ਕਰੋ, ਫਿਰ ਸ਼ਾਂਤੀ ਹੈ। ਨਿਗਾ ਮੇਰੇ ਦੀ ਕਰਕੇ ਰੱਖੀ ਸਦਾ ਚੋਲੀਆਂ ਪਰ ਕੇ ਰੱਖੀ, ਨਿਗਾ ਮੇਰੇ ਦੀ ਕਰਕੇ ਰੱਖੀ ਸਦਾ ਚੋਲੀਆਂ ਪਰ ਕੇ ਵਿਸ਼ਵਾਸ ਸੀ, ਬੜਾ ਭਰੋਸਾ ਸੀ ਮੱਖਣ ਸਾਹਿਬ ਵਾਲੇ ਨੂੰ। ਇਹ ਵਿਹੜੇ 'ਚ ਜਾ ਰਿਹਾ ਸੀਗਾ, ਵਿਹੜਾ ਜਦੋਂ ਸਮੁੰਦਰ ਦੇ ਵਿਚਾਲੇ ਡੋਲੇ ਮਾਰ ਲੱਗ ਗਿਆ, ਡੁੱਬਣ ਲੱਗਿਆ, ਅਤੇ ਇਹਨੇ ਮਾਲਕ ਅੱਗੇ ਫਰਿਆਦ ਕੀਤੀ ਗਿਆ, ਮਾਲਕਾ ਮੇਰਾ ਵਿਹੜਾ ਬਣਿੰਦਾ 500 ਕਹਿੰਦੇ ਮੋਹਰ, ਮੈਂ ਤੈਨੂੰ ਮੈਂ ਸੇਵਾ 'ਚ ਮੱਥਾ ਟੇਕਾਵਾਂ। ਅਤੇ ਮਾਲਕ ਨੇ ਐਸੀ ਮਿਹਰ ਕੀਤੀ, ਭਰੋਸਾ ਸੀਗਾ ਵਿਹੜਾ ਬਣਨ ਲੱਗ ਗਿਆ। ਤਾਂ ਜਦੋਂ ਬਟਾਲੇ ਗਏ ਤਾਂ ਉੱਥੇ 22 ਗੱਦੀਆਂ 22 ਗੁਰੂ ਬਣੇ ਬੈਠੇ। ਤਾਂ ਹੁਣ ਵਿਸ਼ਵਾਸ ਕੀਤੇ ਆਵੇ ਬਈ ਕਿਹੜਾ ਹੈ ਬਈ ਹੁਣ ਪੂਰਾ ਫਕੀਰ। ਉਹਨਾਂ ਨੇ ਧਿਆਨ ਕੀਤਾ ਵੀ ਚਲੋ 5-5 ਮੋਹਰਾਂ ਸਭ ਨੂੰ ਟੇਕ ਦਿੰਦੇ ਹਾਂ, ਜੇ ਪੂਰਾ ਫਕੀਰ ਹੋਇਆ ਤਾਂ ਆਪੇ ਮੂੰਹ ਨਾ ਮੰਗ ਕੇ ਲੈ ਲੂਗਾ। ਉਹ 5-5 ਟੇਕਦੇ ਗਏ, ਕਿਸੇ ਨੇ ਕਾਹਨੂੰ ਬੋਲਣਾ ਸੀ ਮੇਰਾ ਨੇ, ਅਤੇ ਉਹ ਅੰਦਰ ਤੱਕ ਤਾਂ ਕੋਈ ਗਿਆ ਨਹੀਂ ਸੀਗਾ। ਪੁੱਛਿਆ ਵੀ ਕੋਈ ਹੋਰ ਵੀ ਸਾਧੂ ਹੈ, ਪਤਾ ਲੱਗਿਆ ਵੀ ਤੇਗਾ ਕਮੜਾ ਹੈ, ਕਹਿੰਦੇ ਉਹ ਘੋੜਾ ਪੱਟ ਕੇ ਬੈਠਾ ਉੱਥੇ, ਜਿਹੜੇ ਫਕੀਰ ਮਾਲਕ ਦਾ ਨਾਮ ਜਪਦੇ ਨੇ ਉਹਦੇ ਪਿਆਰੇ ਹੁੰਦੇ ਨੇ, ਉਹਨਾਂ ਨੂੰ ਲੋਕ ਪਾਗਲ ਹੀ ਕਹਿੰਦੇ ਨੇ। ਜਦੋਂ ਉਹਨਾਂ ਨੂੰ ਮੱਸਾ ਟੇਕਿਆ, 5 ਮੋਹਰਾਂ ਟੇਕੀਆਂ, ਉਹ ਕਹਿਣ ਲੱਗੇ ਭਗਤਾ ਤੂੰ 500 ਦਾ ਕਿਹਾ ਸੀਗਾ ਵੀ 500 ਟੇਕੂੰਗਾ, ਮੇਰੇ ਮੋਢੇ 'ਚ ਕਿਲ ਖੂਬੇ ਪਏ ਨੇ। ਉੱਥੇ ਫਿਰ ਉਹਨਾਂ ਨੇ ਕੋਠੀ 'ਤੇ ਚੜ੍ਹ ਕੇ ਰੌਲਾ ਪਾਇਆ ਕਿ ਲਾਹ ਦਿਓ ਰੇ ਗੁਰੂ ਲਾਹ ਦਿਓ, ਉੱਥੇ ਜਾਰ ਹੋਏ ਸੀ, ਲਾਹ ਦਿਓ ਰੇ ਗੁਰੂ ਲਾਹ ਦਿਓ। ਤਾਂ ਬਈ ਇਹ ਭਰੋਸਾ ਜਿਹਨੂੰ ਹੋਵੇ, ਇਹ ਫਕੀਰ ਜਿਹੜੇ ਛਿਪ ਕੇ ਕੰਮ ਕਰਦੇ ਆ, ਲੋਕ ਦਿਖਾਵਾ ਨਹੀਂ ਕਰਦੇ, ਲੋਕਾਂ ਨੂੰ ਦਿਖਾਵਾ ਨਹੀਂ ਕਰਦੇ, ਢੋਲ ਨਹੀਂ ਵਜਾਉਂਦੇ ਗੇ, ਜਿਹੜੇ ਢੋਲ ਵਜਾਉਂਦੇ ਆ ਉੱਥੇ ਕੱਖ ਨਹੀਂ ਹੈ, ਛਿਪ ਕੇ ਕੰਮ ਕਰਦੇ ਆ। ਇਸੇ ਤਰੀਕੇ ਦੇ ਨਾਲ ਇਸੇ ਤਰ੍ਹਾਂ ਇੱਕ ਬਾਦਸ਼ਾਹ ਸੀਗਾ, ਉਹਦੇ ਔਲਾਦ ਹੈ ਨਹੀਂ ਸੀਗੀ,
ਉਹਨੇ ਸਿਆਣਿਆਂ ਨੂੰ ਪੁੱਛਿਆ, ਹੋਰ ਪੁੱਛਿਆ, ਉਹਨਾਂ ਨੇ ਇਹ ਕਿਹਾ ਕਿ ਇਸ ਪੰਡਤਾਂ ਦਾ ਕੋਈ ਲੜਕਾ ਹੋਵੇ ਉਹਦੀ ਬਲੀ ਤੂੰ ਦੇ ਸਕ ਦੇਵੇਂ ਤੈਨੂੰ ਫਿਰ ਤੇਰੇ ਔਲਾਦ ਹੋ ਸਕਦੀ ਹੈ। ਹੁਣ ਬੱਚੇ ਨੂੰ ਬਲੀ ਦੇਣ ਵਾਸਤੇ ਕੌਣ ਵੀ ਦਿੰਦਾ ਬਈ? ਕੋਈ ਡੋਡੀ ਪਟਾਈ, ਹਥਿਆਰ ਛਪਾਏ। ਇੱਕ ਗਰੀਬ ਘਰ ਸੀ ਬ੍ਰਾਹਮਣਾਂ ਦਾ, ਉਹਨਾਂ ਦੇ ਚਾਰ ਪੰਜ ਲੜਕੇ ਸਣਗੇ। ਉਹ ਇੱਕ ਲੜਕਾ ਮਾਲਕ ਦੀ ਬੰਦਗੀ 'ਚ ਰਹਿੰਦਾ ਸੀ, ਕਿਸੇ ਨਾਲ ਗੱਲ ਨਹੀਂ ਸੀ ਕਰਦਾ, ਧਿਆਨ 'ਚ ਰਹਿੰਦਾ ਸੀਗਾ, ਜਿੱਥੇ ਪ੍ਰੋਗਰਾਮ ਹੁੰਦਾ ਉੱਥੇ ਸੇਵਾ ਕਰਨੀ। ਅਤੇ ਘਰਦੇ ਉਹਨੂੰ ਚੰਗਾ ਨਹੀਂ ਸਮਝਦੇ ਸੀਗੇ, ਉਹਨੂੰ ਕਮਲਾ ਕਹਿੰਦੇ ਸੀ, ਪਾਗਲ ਕਹਿੰਦੇ ਸੀ। ਰਾਏ ਕੀਤੀ ਵੀ ਇਹ ਯਾਰ ਪਾਗਲ ਹੈਗਾ, ਕਮਲਾ ਆਪਾਂ ਇਹਨੂੰ ਵੇਚ ਦਿੰਦੇ ਹਾਂ, ਆਪਣੀ ਨਾਲੇ ਗਰੀਬੀ ਦੂਰ ਹੋ ਜਾਊਗੀ, ਘਰ 'ਚ ਗਰੀਬੀ ਬਹੁਤ ਹੈ, ਗਰੀਬੀ ਦੂਰ ਹੋ ਜਾਊ। ਉਹਨਾਂ ਨੇ ਜੀ ਉਸਨੂੰ ਰਾਜੇ ਨੂੰ ਦੇਤਾ ਵੀ ਮੈਂ ਬਲੀ ਚੜ੍ਹਾਉਣਾ, ਮਾਰਨਾ ਹੈ ਕਿ ਠੀਕ ਹੈ ਜੀ। ਜਦੋਂ ਬਲੀ ਚੜ੍ਹਾਉਣ ਦਾ ਦਿਨ ਆਇਆ ਤਾਂ ਰਾਜਾ ਉਸ ਬੱਚੇ ਨੂੰ ਕਹਿੰਦਾ ਵੀ ਅੱਜ ਤੈਨੂੰ ਬਲੀ ਤੇਰੀ ਕੁਰਬਾਨੀ ਦੇਵਾਂਗੇ, ਅੱਜ ਕਿਸੇ ਨੂੰ ਯਾਦ ਕਰਨਾ ਤਾਂ ਕਰ ਗੱਲ ਬਈ। ਉਹ ਕਹਿੰਦਾ ਜੀ ਮੈਨੂੰ ਨਦੀ ਦੇ ਕਿਨਾਰੇ ਇਸ਼ਨਾਨ ਕਰਾ ਲਿਆ। ਉਹ ਕੁਆਰੀ ਉੱਥੇ ਨਦੀ ਦੇ ਕਿਨਾਰੇ 'ਤੇ ਇਸ਼ਨਾਨ ਕਰਕੇ ਮਾਲਕ ਦੀ ਬੰਦਗੀ ਕਰਕੇ ਉਹਨੇ ਚਾਰ ਢੇਰੀਆਂ ਮਿੱਟੀ ਦੀਆਂ ਬਣਾਈਆਂ, ਬਣਾ ਕੇ ਮਾਲਕ ਦਾ ਨਾਮ ਜਪਿਆ। ਉੱਥੇ ਉਹ ਰਾਜਾ ਸਾਰਾ ਕੁਝ ਉਹਦਾ ਪਹੁੰਚ ਕੇ ਦੇਖ ਰਿਹਾ ਵੀ ਕੀ ਕਰਦਾ ਹੈ ਬੱਚਾ। ਚਾਰ ਢੇਰੀਆਂ ਬਣਾ ਕੇ ਇੱਕ ਢੇਰੀ ਢਾਤੀ, ਫਿਰ ਦੂਜੀ ਵੀ ਢਾਤੀ, ਫਿਰ ਤੀਜੀ ਵੀ ਢਾਤੀ, ਇੱਕ ਢੇਰੀ ਛੱਡੀ। ਬਾਦਸ਼ਾਹ ਪੁੱਛਣ ਲੱਗਿਆ ਵੀ ਇਹ ਤੂੰ ਪਹਿਲਾਂ ਢੇਰੀਆਂ ਬਣਾਈਆਂ ਅਤੇ ਢਾਤੀਆਂ, ਕੀ ਇਹਦਾ ਕਾਰਨ ਕੀ ਹੈ? ਉਹ ਬੱਚਾ ਕਹਿੰਦਾ ਤੁਸੀਂ ਇਸ ਤੋਂ ਕੀ ਲੈਣਾ, ਤੁਸੀਂ ਆਪਣਾ ਕੰਮ ਕਰਨਾ। ਕਹਿੰਦੇ ਨਾ ਬਸ। ਉਹ ਕਹਿੰਦਾ ਜੀ ਪਹਿਲੀ ਢੇਰੀ ਮੈਂ ਮੇਰੇ ਮਾਂ ਪਿਓ ਦੀ ਢਾਤੀ, ਜਿਹਦਾ ਕਿ ਤੁਸੀਂ ਕਤਲ ਕਰਨ ਵਾਸਤੇ ਪੇਸ਼ ਕਰ, ਇਧਰੋਂ ਮੈਂ ਖਿਆਲ ਵਿੱਚ ਆਪ ਹੀ ਛੱਡਤੀ। ਦੂਜੀ ਢੇਰੀ ਢਾਤੀ ਦੇਵੀ ਦੇਵਤਿਆਂ ਦੀ, ਵੀ ਹੁਣ ਮੇਰੀ ਕੋਈ ਮਦਦ ਕਰਨ ਨੂੰ ਤਿਆਰ ਨਹੀਂ। ਆਹ ਤੀਜੀ ਢੇਰੀ ਰਾਜਾ ਤੇਰੀ ਢਾਤੀ, ਤੂੰ ਮੈਨੂੰ ਹੁਣ ਮਾਰਨ ਨੂੰ ਤਿਆਰ ਹੋਇਆ ਕਰੋ। ਰਾਜੇ ਨੇ ਸੋਚਿਆ ਵੀ ਇਹ ਤਾਂ ਬੜੀਆਂ ਗਿਆਨ ਦੀਆਂ ਗੱਲਾਂ ਕਰਦਾ, ਵੀ ਇਸ ਬੱਚੇ ਨੂੰ ਮਾਰ ਕੇ ਖਬਰਾਂ ਕਿਹੜੀ ਔਲਾਦ ਹੋਊਗੀ। ਉਸਨੇ ਫਿਰ ਬੱਚੇ ਨੂੰ ਆਪਣੇ ਨੂੰ ਉਸ ਧਰਮ ਦਾ ਪੁੱਤਰ ਬਣਾ ਲਿਆ, ਉਹਦੇ ਗਲਤ ਚਾਜ ਬਾਬਾ ਵਿੱਚ ਸ਼ਾਹ ਮਰਾਜ ਕਰ, ਉਹ ਆਪਣੇ ਜੰਗਲਾਂ ਬਾਗੇ ਧਰਤੀ ਕਰਨ ਲੱਗ ਗਿਆ। ਤਾਂ ਉੱਥੇ ਉਹਨਾਂ ਨੇ ਗਾਇਆ ਕਿ ਹੋਰ ਸਭ ਢਾਈਆਂ ਢੇਰੀਆਂ, ਇੱਕ ਤੱਕਿਆ ਭਰੋਸਾ ਸਦਗੁਰ ਤੇਰਾ। ਹਾਂਜੀ ਹਾਂਜੀ ਧੰਨੇ ਵਰਗੇ ਭਗਤਾਂ ਦੇ ਤੂੰ ਕਾਰਜ ਆਪ ਸਵਾਰੇ, ਸ਼ਾਲ ਬਾਣੇ ਦੇ ਤੂੰ ਡੁੱਬਦੇ ਵੇੜੇ ਤਾਰੇ, ਮੇਰੇ ਤੇ ਵੀ ਹੋਰ ਸਵਲੀਆਂ ਇੱਕ ਥੱਕਿਆ ਆਸਰਾ ਤੇਰਾ ਬਾਕੀ ਡੁੱਬ ਜਾਈਆਂ ਢੇਰੀਆਂ, ਇੱਕ ਥੱਕਿਆ ਆਸਰਾ ਤੇਰਾ ਬਾਕੀ ਸਭ ਡਾਈਆਂ ਢੇਰੀਆਂ। ਵਿਸ਼ਵਾਸ ਰੱਖੋ ਸਭ ਸਤਿਗੁਰ ਜਿਹੜਾ ਸਭ ਦੇ ਅੰਦਰ ਬੈਠਾ ਹੈ, ਸਭ ਦਾ ਇੱਕੋ ਹੀ ਹੈ। ਕਿਤੇ ਜਾਓ ਕਣਕਣ 'ਚ ਉਸੇ ਦਾ ਵੱਸ ਹੈ, ਗੁਰਦੁਆਰੇ ਜਾਓ, ਮੰਦਰ ਜਾਓ, ਘਰੇ ਜਾਓ, ਉਹ ਸਭ ਤੋਂ ਵੱਖ ਨਹੀਂ ਹੋ ਸਕਦਾ। ਤੁਸੀਂ ਵਿਸ਼ਵਾਸ ਨਾਲ ਕਰੋ, ਪਹਿਲੇ ਆਪਣੇ ਅਮਲਾਂ 'ਤੇ ਪੱਕੇ ਰਹੋ, ਦਿਲ 'ਚ ਪਿਆਰ ਦੀ ਭਾਵਨਾ ਬਣਾ ਕੇ ਰੱਖੋ, ਹਰੇਕ ਨਾਲ ਪਿਆਰ ਕਰੋ, ਫਿਰ ਉਹ ਸਤਿਗੁਰ ਸਾਡੇ ਅੰਗ ਸੰਗ ਸਫਾਈ ਕਰਦਾ, ਸਾਨੂੰ ਖੁਸ਼ੀਆਂ ਰਹਿੰਦੀਆਂ। ਕੋਈ ਵੀ ਘਰ 'ਚ ਆ ਜਾਵੇ, ਗਰੀਬ ਗੁਰਬਾ ਕਿਸੇ ਵੀ ਰੂਪ ਦੇ ਵਿੱਚ ਭਗਵਾਨ ਆ ਸਕਦਾ ਹੈ, ਦੁੱਖਾਂ ਵਿਸਾ ਜਿਹੜਾ ਵੀ ਆਪਦੇ ਘਰ ਬਣਿਆ ਉਹ ਅਖਵਾ ਦਿਓ, ਪ੍ਰੇਮ ਦੇ ਨਾਲ ਦਿਲ ਨਾ ਤੋੜੋ ਕਿਸੇ।
तो फिर कोई चलो तो कहते कौन पिछला खावे दाना पानी खिंच के लिया है नी कोई भी आवे भुखा नंगा उसमें जिम्मे भी प्यार ना है वो अपना प्यार ना वैसे तो आपा पंजाबी हाँ आप सेवा का ज्ञान हैगा सतगुरु की बड़ी रहमत है अपने सारे जीवन से कई सच्चे दिल सेवा करो प्यार ना सेवा करो उस मार्ग का भरोसा रखो बाकी तो सब दोस्तियाँ वगैरह रिश्तेदार तो इतने दुनियादारी छ है पर बाकी असली मार्ग का भरोसा हो जिन्हें सू पार लगा उन्होंने रहमत सी उन्होंने ज्ञान सी हाँ उ हरेक बंदा दुखी आता सी प्रशादा बना के खवाते जरूर से भाई उन्होंने रहमत सी सानू कुछ नहीं आता सी असी हो गए बीमार डॉक्टर ने जवाब देता सी संतां दे कोले उन्होंने आख्या भी थोड़ा ही है जी तुम मारो चाहे छोड़ो चंगा चाहे माड़ा थोड़ा ही है असं सारे जिन्हें भी जीवा असि उस मालक के अकाल पुरख के बच्चे हैं चाहे किसी अंदर गुण है चाहे ना नहीं है उस ने सू भेजे उस ने सू लायक बना भजन करने के लायक बना सेवा के लायक बना उस का भरोसा रखो और दूसरे भरोसे करो है जी सब ना प्यार करो जमीन सी जी बैल बैल सी डंगर दवाई दिंदा सी देसी राजस्थान च बाबा जी ने सत्संग रखिया रात नूं 3 बजे किसी डंगर दवाई दे के आ रहा सर्दी का टाइम जिथे बाबा जी का सत्संग से उ मिठाई बूंदी का प्रसाद बना रहे थे उन्हें देखा भी अग मची जाती थोड़े हाथ ही सेक लिए वो कहने लगे भी अग मचती है मैं हाथ सेक सकता कहते जी ऑर्डर नहीं कहते क्यों भाई ये हुक्म नहीं कहते भी हुक्म क्यों नहीं आ गया धक्के प्रसाद क्यों बनाने के बनाने संत आवे रहने को कदों आए जी परसों आवे वो बंदा 3 बारी राजस्थान तो बद्री केदारनाथ पैदल गया यात्रा से जिते लोग पहाड़ा से जाते हैं नंगे पैरी यानी कि भगती उड़ी है नहीं सी किसी तो पैसा नहीं लगा सी तो बाबा जी उत्थे आए तो आ गया उत्थे आ गया तो कहना साढ़े टाणी चलो जी उहदी टाणी 20 को दूर सी तो बाबा जी ने कहा भी देख भी तेरे चाह बन का इंतजाम करी बाकी कहने कोई गल नहीं उहदे बड़े उन्हें पकान बनाए वह मुंडा सरपंच बड़ी सेवा भाव है उत्थे 70 बंद ने नाम रस्ता लै गया वो आप नाम से बगैर रह गया बाबा जी कहने भी तू नाम कह जी मैं तो सेवा से लग्या रह गया कह जी अज शाम सत्संग है कितने 40 को वाट पिंड है वो कम शाम के 40 को पैदल गया उठे जिते सत्संग से अपने पिंडों राजस्थान तिपया भी जी सत्संग सुनिया नाम लै लिया फिर बाबा जी के नाल ही डेरे आ गए साढ़े है जी चौधरी बंदा कि डेरे के चौकीदारा किया उन्हें झाड़ू मारना भांडे मांजने संगत चाह पिया बौकर फेरनी कहते हैं ना कि बड़े बड़े दुनिया के राजे खाधी गए नाम तो बिना बड़े बड़े नाम नहीं मिलता जिन्हों की पुरानी भगती है नाम उन्होंने मिलता है जी तो आप भी संतान के पुराने सेवादार हाँ गुरु नानक देव जी महाराज बिरदियाँ अच्छे रूह फिर कबीर साहब बिरदियाँ अच्छे रूह फिर जी आप हम सेवा करके अपने छुटकारे का बंधन स्पष्ट करो इतने लेने देने मुकाउन आप खबर कि बारी दुनिया से आप आए हैं इतने बड़े आप भागाशाली हाँ भाई सेवा का मौका मिले प्यार दे कोई भी पिंड दिहाड़ा हो जो गुरुद्वारे कोई दुध की सेवा करो कोई चाह पत्ती की होर अपना भाई लंगर पकाओ ये सेवा ने साढ़े बेड़े पा लो सेवा तो बगैर भांडा साफ नहीं हो सकता हाँ जी ये तीसरी पातशाही गुरु अमरदास जी महाराज देखो कहते हैं ना 21 दफा गंगा स्नान गए कितने गोविंदवाल पिंड कितने हरिद्वार 21 बार कहते गंगा स्नान गए फिर कहते उस बाद गुरु अंगद साहब की शरण च आए करड़ी तो करड़ी सेवा की रात को कि ना किस बन के भजन किया कि कम औखा है भाई महाराज का नाम जपो भाई ਇਹਦੇ ਵਿੱਚ ਹੀ ਹੈ ਜੋ ਕੁਛ ਹੈ ਸਾਰੇ ਖਾਣ ਵਾਲੇ
सत्संग मिले फकीरा दा।